ਭਾਜਪਾ ਦੇ ਆਗੂ ਸੁਬਰਮਨੀਅਮ ਸਵਾਮੀ ਤੋਂ ਵਿਦਿਆਰਥੀਆਂ ਵੱਲੋਂ ਆਪਰੇਸ਼ਨ ਬਲੂ ਸਟਾਰ ਬਾਰੇ ਪੁੱਛਿਆ ਗਿਆ ਸਵਾਲ, ਜਿਸ ਤੋਂ ਬਾਅਦ ਇਸ ਦਾ ਜਵਾਬ ਦਿੰਦਿਆਂ ਸੁਬਰਮਨੀਅਮ ਸਵਾਮੀ ਵੱਲੋਂ ਇਸ ਕਾਰਵਾਈ ਨੂੰ ਗਲਤ ਕਰਾ ਦਿੱਤਾ ਗਿਆ। ਇਸ ਦੇ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਬਤ ਬੋਲਦਿਆਂ ਸਵਾਮੀ ਨੇ ਕਿਹਾ ਕਿ ਸੰਤ ਭਿੰਡਰਾਂ ਵਾਲੇ ਸਿੱਖ ਪ੍ਰਚਾਰਕ ਸਨ, ਉਹਨਾਂ ਨੂੰ ਅੱਤਵਾਦੀ ਕਹਿਣਾ ਸਰਾਸਰ ਗਲਤ ਹੈ। ਸੁਬਰਮਨੀਅਮ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸਵਾਮੀ ਵਿਰੁੱਧ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਆਗੂ ਰਾਜਕੁਮਾਰ ਬੇਰਕਾ ਨੇ ਸੁਬਰਮਨੀਅਮ ਸਵਾਮੀ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਪੰਜਾਬ ਨੂੰ ਇਤਿਹਾਸ ਵਿੱਚ ਕੁਝ ਅਜਿਹੇ ਜ਼ਖਮ ਮਿਲੇ ਜਿਨ੍ਹਾਂ ਦੀ ਚਰਚਾ ਹਰ ਵਾਰ ਵਿਧਾਨ ਸਭਾ ਚੋਣਾਂ ਮੌਕੇ ਕੀਤੀ ਜਾਂਦੀ ਹੈ, ਅਤੇ ਹੁਣ ਅਜਿਹਾ ਹੀ ਬਿਆਨ ਸਾਹਮਣੇ ਆਇਆ ਭਾਜਪਾ ਦੇ ਨੇਤਾ ਸੁਬਰਮਨੀਅਮ ਸਵਾਮੀ ਦਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਬਲਕਿ ਸਿੱਖ ਪ੍ਰਚਾਰਕ ਸਨ। ਸਮੱਸਿਆ ਸੀ ਇਹ ਸੀ ਕਿ ਭਿੰਡਰਾਂ ਵਾਲਾ ਜੋ ਮੇਰਾ ਵਿਅਕਤੀਗਤ ਜੋ ਅਨੁਭਵ ਹੈ ਔਰ ਪ੍ਰਤਿਕਸ਼ ਮੈਨੇ ਜੋ ਦੇਖਾ ਵੋ ਧਰਮ ਕਾ ਪ੍ਰਚਾਰ ਕਰ ਰਹੇ ਥੇ, ਵੋ ਨਾਰਕੋਟਿਕਸ ਕੇ ਵਿਰੁੱਧ ਮੈਂ ਬੋਲ ਰਹੇ ਥੇ ਔਰ ਐਸੇ ਸਮਾਜਿਕ ਵਿਸ਼ੇ ਜਿਸਸੇ ਪਾਕਿਸਤਾਨ ਪੰਜਾਬ ਮੈਂ ਸਮੱਸਿਆ ਪੈਦਾ ਹੋ ਰਹੀ ਥੀ ਉਸਕੇ ਬਾਰੇ ਬੋਲ ਰਹੇ ਥੇ। ਜ਼ਰੂਰ ਵੋ ਨਿਸ਼ਚਿਤ ਤੌਰ ਪਰ ਕਿਉਂਕਿ 35 ਸਾਲ ਕੇ ਹੀ ਥੇ ਤੋ ਥੋੜ੍ਹਾ ਜੋਸ਼ੀਲਾ ਭਾਸ਼ਾ ਮੈਂ ਬੋਲਤੇ ਥੇ। ਅਬ ਹਰਕਿਸ਼ਨ ਸੁਰਜੀਤ CPM ਕੇ ਜੋ ਥੇ ਉਹਨੇ ਸੋਵੀਅਤ ਯੂਨੀਅਨ ਕੋ ਸਾਫ ਕਹਾ ਕਿ ਕਮਿਊਨਿਸਮ ਕਾ ਫਿਊਚਰ ਖਤਮ ਹੋ ਜਾਏਗੀ ਯਦੀ ਇਹ ਪੰਜਾਬ ਧਾਰਮਿਕ ਰਾਸਤੇ ਮੈਂ ਚਲੀ ਜਾਏਗਾ। ਤੋ ਮੈਂ ਤੋ ਵਿਅਕਤੀਗਤ ਜਾਣਤਾ ਹੂੰ, ਪ੍ਰਤਿਕਸ਼ ਜਾਣਤਾ ਹੂੰ, ਕਿਉਂਕਿ ਮੁਝੇ ਮੇਰੇ ਸਾਥ ਸੋਵੀਅਤ ਅੰਬੈਸਡਰ ਨੇ ਵੀ ਇੱਕ ਬਾਰ ਬਾਤ ਕੀ ਥੀ ਕਿ ਆਪ ਭਿੰਡਰਾਂ ਵਾਲਾ ਕੇ ਕੋ ਕਿਉਂ ਇਤਨਾ ਸਮਰਥਨ ਕਰਤੇ ਹੈ। ਮੈਨੇ ਕਹਾ ਮੈਂ ਤੋ ਕੋਈ ਨਹੀਂ ਸਮਰਥਨ ਕਰਤਾ ਹੂੰ, ਪਰੰਤੂ ਆਪ ਉਸਕੋ ਟੈਰਰਿਸਟ ਵੀ ਨਹੀਂ ਕਹਿ ਸਕਤੇ, ਉਹ ਤੋ ਰੋਜ਼ ਪ੍ਰੈਸ ਕਾਨਫਰੰਸ ਅਕਾਲ ਤਖਤ ਮੈਂ ਕਰਤਾ ਹੈ, ਕੋਈ ਟੈਰਰਿਸਟ ਆਪਣੇ ਅੱਡੇ ਮੇ ਪ੍ਰੈਸ ਕਾਨਫਰੰਸ ਕਰੇਗਾ। ਸੁਬਰਮਨੀਅਮ ਸਵਾਮੀ ਵੱਲੋਂ ਆਪਰੇਸ਼ਨ ਬਲੂ ਸਟਾਰ ਬਾਰੇ ਬੋਲਦਿਆਂ ਕਿਹਾ ਗਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਹ ਕਾਰਵਾਈ ਸਰਾਸਰ ਗਲਤ ਸੀ। ਇੰਦਰਾ ਗਾਂਧੀ ਕੀ ਮਜਬੂਰੀ ਥੀ, ਉਹ ਸੋਵੀਅਤ ਯੂਨੀਅਨ ਸੇ ਇਤਨੀ ਬੰਧੀ ਹੋਈ ਥੀ ਕਿ ਉਨਕੋ ਨਾ ਨਹੀਂ ਕਹਿ ਸਕਤੀ ਥੀ। ਮੁਝੇ ਇੱਕ ਵਾਰ ਗਿਆਨੀ ਜੈਲ ਸਿੰਘ ਨੇ ਕਿਹਾ ਕਿ ਜਾਕਰ ਇੰਦਰਾ ਜੀ ਕੋ ਸਮਝਾਓ ਕਿ ਬਹੁਤ ਬੜਾ ਗਲਤ ਹੋ ਜਾਏਗਾ ਯਦੀ ਉਹ ਆਦਮੀ ਭੇਜੇਗੀ। ਤੋ ਤਬ ਮੈਨੇ ਇੰਦਰਾ ਗਾਂਧੀ ਸੇ ਬਾਤ ਵੀ ਕੀ ਥੀ, ਲੇਕਿਨ ਵੋ ਜੋ ਪੀਛੇ ਜੋ ਸੋਵੀਅਤ ਯੂਨੀਅਨ ਕਾ ਜੋ ਦਿਮਾਗ ਥਾ ਕਿ ਇੱਕ ਤੋ ਇਸ ਧਾਰਮਿਕ ਪ੍ਰਚਾਰ ਕੋ ਹੋਨੇ ਨਹੀਂ ਦੇਣਾ ਹੈ, ਕਿਉਂਕਿ ਹਰਕਿਸ਼ਨ ਸੁਰਜੀਤ ਇਸ ਪਰ ਬੜੇ ਜ਼ੋਰ ਲਗਾ ਰਹੇ ਥੇ, ਔਰ ਦੂਸਰਾ ਥਾ ਕਿ ਇਸ ਪੰਜਾਬ ਕੀ ਜੋ ਲੋਕੋਂ ਕੇ ਖਾਸ ਤੌਰ ਪਰ ਸਿੱਖ ਲੋਕੋਂ ਕੋ ਕਮਜ਼ੋਰ ਕਰ ਦੇਂਗੇ ਤੋ ਜੋ ਹਮਾਰੀ ਲੜਨੀ ਕੀ ਸ਼ਕਤੀ ਹੈ ਵੋ ਵੀ ਦੁਰਬਲ ਹੋ ਜਾਏਗਾ। ਉਸ ਕਾਰਨ ਸੇ ਹੋਈ ਥੀ ਔਰ ਮੈਂ ਉਸਕੋ ਉਸ ਆਪਰੇਸ਼ਨ ਬਲੂ ਸਟਾਰ ਕਾ ਤੋ ਮੈਨੇ ਉਸੀ ਸਮੇਂ ਡਟ ਕੇ ਵਿਰੋਧ ਕੀਆ। ਸੁਬਰਮਨੀਅਮ ਸਵਾਮੀ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਜਾਪਦੀ ਹੈ, ਅਤੇ ਕਾਂਗਰਸ ਵੱਲੋਂ ਸਵਾਮੀ ਦੇ ਬਿਆਨ ਉੱਤੇ ਕੁਝ ਇਸ ਪ੍ਰਕਾਰ ਪਲਟਵਾਰ ਕੀਤਾ ਗਿਆ। ਮੈਂ ਇਹ ਗੱਲ ਕਹਿ ਰਿਹਾ ਕਿ ਸੁਬਰਮਨੀਅਮ ਸਵਾਮੀ ਦੇ ਨੂੰ ਮੈਂ ਇਸ ਲਾਇਕ ਹੀ ਨਹੀਂ ਮੰਨਦਾ ਕਿ ਮੈਂ ਉਹਦੀ ਕਿਸੇ ਗੱਲ ਦਾ ਜਵਾਬ ਦਿਆਂ, ਕਿਉਂਕਿ ਸੁਬਰਮਨੀਅਮ ਸਵਾਮੀ ਨੂੰ ਚਾਹੀਦਾ ਕਿ ਪਹਿਲੇ ਆਗਰਾ ਵਿੱਚ ਜਾ ਕੇ ਆਪਣੇ ਦਿਮਾਗ ਦਾ ਇਲਾਜ ਕਰਾਵੇ ਔਰ ਪਹਿਲੇ ਇਤਿਹਾਸ ਔਰ ਹਿਸਟਰੀ ਨੂੰ ਪੜ੍ਹੇ। 32-35 ਸਾਲ ਦਾ ਜਿਹੜਾ ਸੰਤਾਪ ਪੰਜਾਬ ਨੇ ਹੰਢਾਇਆ ਔਰ ਪੰਜਾਬ ਲਾਸ਼ਾਂ ਦੇ ਉੱਪਰ ਬਰੂਦ ਦੇ ਢੇਰ ਦੇ ਉੱਪਰ ਰਿਹਾ ਔਰ ਇਹ ਜਿਹੜਾ ਸਵਾਮੀ ਪਤਾ ਨਹੀਂ ਕਿੱਥੋਂ ਦਾ ਸਵਾਮੀ ਹੈ ਔਰ ਇਹੋ ਜਿਹੇ ਜਿਹੜੇ ਨਕਲੀ ਸਵਾਮੀ ਅੱਜ ਇਹ ਦੇਸ਼ ਨੂੰ ਬਦਨਾਮ ਕਰਨ ਵਾਲੇ ਪਾਸੇ ਤੁਰੇ ਆ, ਦੇਸ਼ ਦੇ ਵਿੱਚ ਦੰਗੇ ਫੈਲਾਉਣ ਵਾਸਤੇ ਤੁਰੇ ਆ, ਦੇਸ਼ ਨੂੰ ਫਿਰ ਅੱਗ ਦੀ ਭੱਠੀ 'ਚ ਝੋਕਣ ਵਾਲੇ ਪਾਸੇ ਤੁਰੇ ਆ। ਮੈਂ ਸਮਝਣਾ ਕਿ ਇਹ ਜੇ ਮੰਗ ਕਰਨੀ ਹੈ ਤਾਂ ਅਕਾਲੀ ਦਲ ਖੜ੍ਹਾ ਹੋ ਕੇ ਮੰਗ ਕਰੇ, ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਤਿਆਰ ਹਾਂ। ਸੁਬਰਮਨੀਅਮ ਸਵਾਮੀ ਨੂੰ ਮੈਂ ਇਸ ਲਾਇਕ ਨਹੀਂ ਕਹਿੰਦਾ ਕਿ ਮੈਂ ਉਹਦੀ ਗੱਲ ਦਾ ਜਵਾਬ ਦਿਆਂ। ਸੁਬਰਮਨੀਅਮ ਸਵਾਮੀ ਵੱਲੋਂ ਦਿੱਤਾ ਗਿਆ ਬਿਆਨ ਉਹਨਾਂ ਦਾ ਇੱਕ ਵਿਅਕਤੀਗਤ ਅਨੁਭਵ ਹੈ, ਇਹ ਭਾਜਪਾ ਦੇ ਆਗੂ ਗਲੋਬਲ ਪੰਜਾਬ TV ਨਾਲ ਗੱਲਬਾਤ ਦੌਰਾਨ ਕਹਿ ਚੁੱਕੇ ਨੇ, ਪਰ ਸੁਬਰਮਨੀਅਮ ਸਵਾਮੀ ਦੇ ਬਿਆਨ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਗਰਮੀ ਪੈਦਾ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।